ਲੁਧਿਆਣਾ ਦੇ ਡੀਸੀ ਵੱਲੋਂ ਕੱਲ ਬੀਤੇ ਦਿਨੀ ਕਰੋਨਾ ਵਾਇਰਸ ਦੇ ਚੱਲਦਿਆਂ ਲੁਧਿਆਣਾ ਸ਼ਹਿਰ ਦੇ ਜਿਹੜੇ ਮਾਲ ਨੇ, ਸ਼ੋਪਿੰਗ ਮਾਲ ਨੇ, ਸਿਨੇਮਾਜ਼ ਨੇ, ਰੈਸਟੋਰੈਂਟ ਨੇ, ਸਾਰਿਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਜਿਸ ਦੇ ਨਜ਼ਰ ਸਾਡੀ ਟੀਮ ਵੱਲੋਂ ਸ਼ਹਿਰ ਦੇ ਜਿਹੜੇ ਵੱਡੇ ਮਾਲ ਨੇ ਉਹਨਾਂ ਦਾ ਦੌਰਾ ਕੀਤਾ ਗਿਆ। ਅੱਜ ਅਸੀਂ ਖੜ੍ਹੇ ਹਾਂ ਸ਼ਹਿਰ ਦੇ ਵੱਡੇ ਮਾਲ ਵੇਵ ਮਾਲ ਦੇ ਮੂਹਰੇ ਖੜ੍ਹੇ ਹਾਂ, ਵੇਵ ਮਾਲ ਦੇ, ਅਤੇ ਦੇਖਣ ਨੂੰ ਮਿਲਦਾ ਵੀ ਸਾਰਾ ਦੇਖੋ ਕਿਵੇਂ ਇੱਥੇ ਚਹਿਲ ਪਹਿਲ ਰਹਿੰਦੀ ਹੈ, 24 ਘੰਟੇ ਚਹਿਲ ਪਹਿਲ ਰਹਿੰਦੀ ਹੈ। ਇਹ ਸਭ ਤੋਂ ਵੱਧ ਆਵਾਜਾਈ ਵਾਲਾ ਜਾਂ ਇੱਥੇ ਸਭ ਤੋਂ ਵੱਧ ਲੋਕ ਆ ਕੇ ਖਰੀਦੋ ਫਰੋਖਤ ਕਰਨ ਦੇ ਨਾਲ ਘੁੰਮਣ ਵੀ ਆਉਂਦੇ ਨੇ। ਅੱਜ ਇੱਥੇ ਸੁਣ ਸੁਣਾਹਟ ਪਈ ਆ, ਇੱਥੇ ਸਿਕਿਉਰਿਟੀ ਵਾਲੇ ਖੜ੍ਹੇ ਨੇ, ਆਹ ਤੁਸੀਂ ਦੇਖ ਸਕਦੇ ਹੋ ਮਾਲ ਕਲੋਜ਼ ਦੇ ਇੱਥੇ ਸਟੀਕਰ ਵੀ ਲਾਏ ਗਏ ਨੇ। ਇਸ ਤੋਂ ਪਹਿਲਾਂ ਅਸੀਂ ਗ੍ਰੈਂਡ ਵਾਕ, ਪਵੇਲੀਅਨ ਮਾਲ, PVR ਫਲੇਮਸ, ਸਿਲਵਰ ਆਕ, ਵੱਖ ਵੱਖ ਮਾਲਾਂ ਦਾ ਦੌਰਾ ਕੀਤਾ ਸੀ, ਉੱਥੇ ਵੀ ਸਾਨੂੰ ਅਜਿਹਾ ਹੀ ਕੁਛ ਦੇਖਣ ਨੂੰ ਮਿਲਿਆ ਸੀ। ਸੋ ਇਸ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗੇ ਵੀ ਕਰੋਨਾ ਵਾਇਰਸ ਦੇ ਚੱਲਦਿਆਂ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਜੋ ਸਰਕਾਰ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਇਹ ਤੁਹਾਡੀ ਸੇਫਟੀ ਲਈ ਹਨ, ਤੁਹਾਡੀ ਸਾਵਧਾਨੀ ਲਈ ਹਨ। ਇਸ ਦੇ ਇਹਨਾਂ ਹੁਕਮਾਂ ਨੂੰ ਤੁਸੀਂ ਦੇਖ ਕੇ ਜਾਂ ਹੁਕਮ ਲਾਗੂ ਹੋਣ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ, ਇਹ ਤੁਹਾਡੀ ਸੇਫਟੀ ਲਈ ਹਨ। ਇਹਦੇ ਵਿੱਚ ਇਹ ਜ਼ਰੂਰੀ ਹੈ ਵੀ ਤੁਸੀਂ ਸਾਵਧਾਨੀ ਵਰਤੋ, ਬਲਕਿ ਘਬਰਾਉਣਾ ਨਹੀਂ ਹੈਗਾ, ਸਾਰਿਆਂ ਲਈ ਜ਼ਰੂਰੀ ਹੈ ਵੀ ਤੁਸੀਂ ਸਾਵਧਾਨੀ ਵਰਤੋ। ਜੋ ਵੀ ਸਰਕਾਰ ਵੱਲੋਂ ਹੁਕਮ ਜਾਂ ਜੋ ਵੀ ਸਾਵਧਾਨੀ ਵਰਤਣ ਲਈ ਕਿਹਾ ਜਾਂਦਾ ਹੈ ਉਹਨਾਂ ਨੂੰ ਤੁਸੀਂ ਵਰਤ ਕੇ, ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦੇ ਹੋ। ਇਸ ਦੇ ਨਾਲ ਇੱਕ ਗੱਲ ਹੋਰ ਵੀ ਹੈ, ਵੱਖ ਵੱਖ ਤਰ੍ਹਾਂ ਦੀਆਂ ਅਫਵਾਹਾਂ ਵੀ ਸੋਸ਼ਲ ਮੀਡੀਆ 'ਤੇ ਫੈਲਦੀਆਂ ਹਨ, ਅਫਵਾਹਾਂ ਤੋਂ ਵੀ ਬਚਣ ਦੀ ਜ਼ਰੂਰਤ ਹੈ ਕਿਉਂਕਿ ਅਜਿਹੇ ਮਾਹੌਲ ਦੇ ਵਿੱਚ ਡਰ ਦਾ ਮਾਹੌਲ ਵੀ ਕ੍ਰੀਏਟ ਹੁੰਦਾ ਹੈ। ਇਹ ਨੈਚੁਰਲ ਗੱਲ ਹੈ, ਜਦੋਂ ਕੋਈ ਇਹੋ ਜਿਹੀ ਘਟਨਾ ਅਚਾਨਕ ਵਾਪਰ ਜਾਵੇ, ਇਹੋ ਚੀਜ਼ਾਂ ਅਚਾਨਕ ਹੋਣ 'ਤੇ ਬੰਦੇ ਦਾ ਅੰਦਰ ਡਰ ਹੁੰਦਾ, ਪਰ ਡਰਨ ਦੀ ਜ਼ਰੂਰਤ ਨਹੀਂ ਹੈ, ਲੋੜ ਹੈ ਸਾਵਧਾਨੀ ਵਰਤਣ ਦੀ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਪ੍ਰਾਈਮ ਉਦੇ ਨਿਊਜ਼।